ਮੇਰਾ ਵਿਰੋਧ ਨਹੀਂ ਹੋਇਆਗਾ ਨਹੀਂ ਉਹ ਤੁਹਾਡਾ ਕਰ ਰਹੀ ਖੜੀ ਪੌੜੀ ਹੁਣ ਉਹਨੇ ਮੈਨੂੰ ਜਾਣਦੇ ਹੀ ਨਹੀਂ ਬੰਦੇ ਮੈਨੂੰ ਦੀਪ ਨਹੀਂ ਜਾਣਦਾ ਮੈਨੂੰ ਲੱਖਾਂ ਨਹੀਂ ਗਲਤ ਭੜਕਾਤਾ ਨਹੀਂ ਉਹ ਦੋਸ਼ ਲਾ ਰਹੇ ਆ ਸਾਡਾ ਮਾਹੌਲ ਖਰਾਬ ਕਰ ਰਹੇ ਮਾਹੌਲ ਤਾਂ ਖਰਾਬ ਕਰਕੇ ਹੁਣ ਮੈਂ ਤਾਂ ਤੁਹਾਨੂੰ ਵੀ ਕਹਿੰਦਾ ਬਈ ਤੁਸੀਂ ਇਹ ਆਪਾਂ ਡਿਬੇਟ ਫਿਰ ਆਪਾਂ ਕਰ ਲਾਂਗੇ ਠੀਕ ਹੈ ਉਹ ਕਿਸਾਨਾਂ ਦਾ ਤੁਸੀਂ ਥੋੜਾ ਜਿਹਾ ਆਪਣੇ ਬਾਰੇ ਦੱਸ ਦਿਓ ਫਿਰ ਵੀ ਜਾਂਦੇ ਜਾਂਦੇ ਜਿਹੜਾ ਤੁਹਾਡਾ ਕਾਰਨ ਨਹੀਂ ਜਾਣਦੇ ਇਸਦਾ ਫਿਰ ਵਿਰੋਧ ਕਿਉਂ ਹੋਇਆ ਜੇ ਕਿਸੇ ਨੇ ਜਾਣਦੇ ਤਾਂ ਮੇਰਾ ਵਿਰੋਧ ਨਹੀਂ ਕਰਿਆ ਹਾਂਜੀ ਉਹਨਾਂ ਨੇ ਵਿਰੋਧ ਕਰਿਆ ਤੇ ਹੁਣ ਸਾਰਾ ਬੰਦੇ ਨੂੰ ਜਿਹੜਾ ਬਾਤ ਚੱਲ ਰਹੀ ਹੈ ਜਿਹੜਾ ਤੁਸੀਂ ਕਹਿੰਦੇ ਹੋ ਤੁਹਾਡਾ ਵਿਰੋਧ ਨਹੀਂ ਕੀਤਾ ਫਿਰ ਤੁਸੀਂ ਉਧਰੋਂ ਇੱਧਰ ਆਉਣ ਦਾ ਕਾਰਨ ਉਹ ਹਾਂ ਤੁਸੀਂ ਉੱਥੇ ਯਾਰ ਗੱਲ ਹੁਣ ਜੋ ਲੋਕ ਆਪਾਂ ਖਰਾਬ ਕਰ ਲੋ ਗਾਣਿਆਂ ਦੇ ਹੁਣ ਉਹ ਨਵੇਂ ਬੰਦੇ ਜਾਗਦੇ ਨਹੀਂ ਆ ਸਾਡੇ ਏਰੀਆ ਦੇ ਬੰਦੇ ਨੇ ਨਹੀਂ ਨਵੇਂ ਆਏ ਤੁਸੀਂ ਉਹਨਾਂ ਨੂੰ ਪਹਿਲਾਂ ਮੰਗਿਆ ਨਾ ਟਾਈਮ ਗਲਤ ਔਰੋਂ ਖਰਾਬ ਹੋਈ ਨਹੀਂ ਨਹੀਂ ਸਿੱਖਾ ਕੋਣੇ ਵੇਖੋ ਯਾਰ ਗੱਲ ਸੁਣੋ ਹੁਣ ਤੁਸੀਂ ਰਹਿੰਦੇ ਆ ਪੰਜਾਬ ਦੇ ਵਿੱਚ ਆਪਣੀਆਂ ਦੀਦੀ ਰਿਸ਼ਤੇਦਾਰ ਨੇ ਜਾਂ ਰੱਖੇ ਦੀ ਇਹਨਾਂ ਰੱਖੇ ਨਾ ਸੰਬੰਧ ਅਦੀਪ ਉਹਨਾਂ ਦਾ ਕਿਸੇ ਨਾਲ ਸੰਬੰਧ ਨਹੀਂ ਹਰ ਇੱਕ ਬੰਦੇ ਦਾ ਕਿਸੇ ਨਾਲ ਕਿਸੇ ਨਾਲ ਇਹ ਜ਼ਰੂਰੀ ਨਹੀਂ ਵੀ ਜੇ ਸਾਡੇ ਕਿਸੇ ਨਾਲ ਰਿਸ਼ਤੇਦਾਰੀ ਆ ਕਿਸੇ ਨਾਲ ਸੰਬੰਧ ਆ ਤੁਸੀਂ ਉਹਦੇ ਅਨੁਸਾਰ ਚੱਲੋ ਤੁਸੀਂ ਕਿਸਾਨਾਂ ਦੇ ਹੱਕ 'ਚ ਆਏ ਬਿਲਕੁਲ ਡਰ ਕੇ ਅਸੀਂ ਲੱਗਣ ਭੇਜਦੇ ਹਾਂ ਕਿਸਾਨ ਅੰਤਰ ਲੈ ਉਹਦੇ ਜਾ ਕੇ ਇੱਥੇ ਕਹਿੰਦੇ ਇੱਥੇ ਭੇਜਦੇ ਜੇ ਗੱਲ ਨੂੰ ਸੁਣਾਉਣੀ ਇਹਨਾਂ ਨਾਲ ਗੁੱਸੇ ਆ ਜੇ ਤੁਸੀਂ ਪਾਉਣੀ ਸਾਨੂੰ ਕੱਲ੍ਹ ਨੂੰ ਕਹਿਣ ਸਾਡਾ ਧਰਨਾ ਲੱਗਿਆ ਲੰਗਰ ਭੇਜੋ ਅਸੀਂ ਭੇਜਾਂਗੇ ਤੁਹਾਨੂੰ ਨਿਰਾਸ਼ਾ ਹੋਈ ਪਰ ਇਹ ਨਿਰਾਸ਼ਾ ਹਰ ਬੰਦੇ ਨੂੰ ਇੱਕ ਮਾਲਾ 'ਚ ਨਹੀਂ ਪੱਤਰਕਾਰ ਹੁਣ ਦੂਜੇ ਤੁਸੀਂ ਇਹ ਲਾਉਣੇ ਜੇ ਹੁਣ ਕਿਸੇ ਅਖਬਾਰ ਵਾਲੇ ਨੇ ਲਾਏ ਹੁਣ ਤੁਹਾਨੂੰ ਕਹਿੰਦੇ ਦੂਜੇ ਟੀਵੀ ਵਾਲੇ ਨੂੰ ਚਲਾਉਂਦੇ ਸੀ ਤੁਹਾਡਾ ਬਾਕੀ ਡੇਰਿਆਂ ਨੂੰ ਫਰਕ ਹੈ ਫਿਰ ਇਹ ਜਿਹੜਾ ਇਹਨਾਂ ਨੇ ਬਣਾਉਣ ਦਾ ਆਪਦੇ ਅੰਦਰ ਜਿੱਦ ਧਾਰੀ ਬੈਠੇ ਆ ਉਹ ਸਾਡੇ ਸਾਹਮਣੇ ਰੱਖਦੇ ਇਹਨਾਂ ਨੇ ਸਾਹਮਣੇ ਰੱਖਦੀ ਹੁਣ ਸੇਧ ਕਿੱਥੋਂ ਲੈਂਦੇ ਆ ਸੇਧ ਲੈਂਦੇ ਇਹਨਾਂ ਨੂੰ ਲੱਗਦਾ ਕਿ ਅਮਰੀਕਾ ਮੁਲਕਾਂ ਦੇ ਮੁਲਕ ਤਬਾਹ ਕਰ ਸਕਦਾ ਜੇ ਚਾਈਨਾ ਤਿੱਬਤ ਦੇ ਸਾਰੀ ਜਮਹੂਰੀਅਤ ਜਾਂ ਉਹਨਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਮੌਲਿਕ ਅਧਿਕਾਰ ਲੈ ਸਕਦੇ ਆ ਜੇ ਇਸਰਾਈਲ ਉੱਥੇ ਬੈਠਾ ਜ਼ੁਲਮ ਤੇ ਜ਼ਬਰ ਕਰ ਸਕਦਾ ਗਰੀਬਾਂ ਤੇ ਤੇ ਨਾਮ ਲੱਗ ਗਏ ਮੁਲਕਾਂ ਤੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਇਹਨਾਂ ਦੀ ਸੇਧ ਉੱਥੋਂ ਆਉਂਦੀ ਆ ਕਿਉਂਕਿ ਅੱਜ ਜਿਹੜੀ ਪੂਰੇ ਵਰਲਡ 'ਚ ਦੁਨੀਆ 'ਚ ਇੱਕ ਜੀਓ ਪੋਲੀਟਿਕਸ ਆ ਉਹਦੇ 'ਚ ਜਿਹੜੀ ਇੱਕ ਲਹਿਰ ਉੱਠੀ ਹੋਈ ਆ ਜਿਹਨੂੰ ਆਪਾਂ ਅਥਾਰਟੇਰੀਅਨ ਸਿਸਟਮ ਜਾਂ ਇਹਨੂੰ ਕਹਿ ਲਓ ਕੰਜ਼ਰਵੇਟਿਵ ਇੱਕ ਲਹਿਰ ਉੱਠੀ ਹੋਈ ਆ ਇਹਨਾਂ ਨੂੰ ਲੱਗਦਾ ਵੀ ਸਾਨੂੰ ਤਾਂ ਹੁਣ ਰਾਜ ਮਿਲਿਆ ਅਸੀਂ ਨਹੀਂ ਦੇਣਾ ਹੁਣ 25-30 ਸਾਲ ਤੇ ਜਦੋਂ ਤੱਕ ਅਸੀਂ ਆਪਦਾ ਹਿੰਦੂ ਰਾਸ਼ਟਰ ਨਹੀਂ ਬਣਾ ਲੈਂਦੇ ਸਾਨੂੰ ਤਾਂ ਮੌਕਾ ਹੀ ਹੁਣ ਮਿਲਿਆ ਪਹਿਲਾਂ ਤਾਂ ਮੌਕਾ ਹੀ ਹੈ ਨਹੀਂ ਸੀ ਸਾਡੇ ਕੋਲ ਅਸੀਂ ਤਾਂ ਪਹਿਲਾਂ ਮਾਰਜਨਲਾਈਜ਼ ਹੋਏ ਰਹੇ ਪਹਿਲਾਂ ਤਾਂ ਅਸੀਂ ਇੱਕ ਕਾਰਨਰ 'ਚ ਧੱਕੇ ਰਹੇ ਕਾਂਗਰਸ ਨੇ ਸਾਨੂੰ ਕਦੇ ਆਉਣ ਹੀ ਨਹੀਂ
ਨਹੀਂ ਦਿੱਤਾ ਪਰ ਹੁਣ ਮਿਲਿਆ ਸਾਨੂੰ ਮੌਕਾ ਤੇ ਇਸ ਕਰਕੇ ਜਿਹੜੀ ਉਹ ਐਰੋਗੈਂਸ ਆ ਕੱਲ ਚੀਫ ਮਿਨਿਸਟਰ ਪੰਜਾਬ ਦਾ ਗਿਆ ਆਪਦੇ ਕਾਉਂਸਲ ਆਫ ਮਿਨਿਸਟਰਸ ਨੂੰ ਲੈ ਕੇ MLA ਨੂੰ ਲੈ ਕੇ ਉੱਥੇ ਗਿਆ ਤੇ ਰਾਸ਼ਟਰਪਤੀ ਨੂੰ ਮਿਲੇਗਾ ਇਹ ਗੱਲ ਐਡੀ ਜਲਾਲ ਤੋਂ ਉਦੋਂ ਪਹਿਲਾਂ ਸਾਡੀ ਕਿਸਾਨ ਜਥੇ ਬੰਦੀਆਂ ਦੇ ਲੀਡਰ ਗਏ ਉਹਨਾਂ ਨੂੰ ਕਿਵੇਂ ਜਲੀਲ ਕੀਤਾ ਇਹਨਾਂ ਨੇ ਕਿਉਂ ਇਹ ਸਮਝਦਾ ਹੀ ਕੁਛ ਨਹੀਂ ਕਿਸੇ ਇਹਦਾ ਐਮ ਐਲ ਏ ਬਈ ਆ ਕੋਈ ਨੀ ਪਿਆ ਉੱਠਿਆ ਆ ਬੈਠੇ ਆ ਲੋਕ ਸੜਕਾਂ ਤੇ ਇਹਨਾਂ ਨੂੰ ਤਾਂ ਜਦੋਂ ਮਰਜ਼ੀ ਢਾਲਾਂਗੇ ਅਸੀਂ ਇਹਨਾਂ ਨੂੰ ਜਦੋਂ ਅਸੀਂ ਢਾਉਣਾ ਹੋਵੇ ਚਾਹੇ ਮਿਲਟਰੀ ਲਾ ਦਈਏ ਚਾਹੇ ਆਪਣੀ ਪੈਰਾਮਿਲਟਰੀ ਫੋਰਸਿਸ ਭੇਜੀਏ ਪੁਲਿਸ ਵਾਲਿਆਂ ਨੂੰ ਕਹੀਏ ਇਹਨਾਂ ਤੇ ਭਰਾਵਾਂਗੇ ਡੰਡੇ ਤੇ ਇਹਨਾਂ ਨੇ ਵਰਜਣਾ ਘਰੇ ਇਹ ਸਾਨੂੰ ਡਰਾ ਲੈਣਗੇ ਸੰਤ ਜਰਨੈਲ ਸਿੰਘ ਪਿੰਡਰਾਣਾ ਦੀ ਗੱਲ ਕਿਉਂ ਨਹੀਂ ਕਰ ਦਿੰਦੇ ਇਹਨੂੰ ਸੋਚੀਏ ਤਾਂ ਸਹੀ ਉਹਨਾਂ ਨੂੰ ਪਤਾ ਵੀ ਇਹ ਉਹਨਾਂ ਸ਼ਹੀਦਾਂ ਤੋਂ ਜੇ ਸੇਧ ਲੈਣਗੇ ਪ੍ਰੇਰਨਾ ਲੈਣਗੇ ਇਹਨਾਂ ਨੂੰ ਫਿਰ ਸਾਡੇ ਅਗੇਂਸਟ ਉੱਠ ਕੇ ਖੜੇ ਹੋ ਜਾਣਾ ਹੋਰ ਤਾਂ ਕੋਈ ਗੱਲ ਨਹੀਂ ਤੁਸੀਂ ਦੇਖੋ ਜਿਲ੍ਹਿਆਂ ਵਾਲੇ ਬਾਗ ਦੀ ਐਡਾ ਵੱਡਾ ਸਾਕਾ ਹੋਇਆ 1947 ਤੱਕ ਉੱਥੇ ਅਸੀਂ ਕੋਈ ਯਾਦ ਨਹੀਂ ਬਣਾ ਸਕੇ ਜਿਹੜੀ ਯਾਦ ਬਣੀ 1947 ਤੋਂ ਬਾਅਦ ਬਣੀ ਕਿਉਂ ਕਿਉਂਕਿ ਉਸ ਵੇਲੇ ਦੀ ਸਰਕਾਰ ਨੂੰ ਇਹ ਪਤਾ ਸੀ ਜੇ ਇਹਨਾਂ ਨੇ ਯਾਦ ਬਣਾ ਲਈ ਤਾਂ ਉਹ ਯਾਦ ਤੋਂ ਇਹ ਪ੍ਰੇਰਨਾ ਤੇ ਸੇਧ ਲੈਣਗੇ ਇਹਨਾਂ ਨੇ ਸਾਡੇ ਖਿਲਾਫ ਉੱਠ ਕੇ ਖੜੇ ਹੋ ਜਾਣਾ ਅੱਜ ਜੇ ਸੰਤਾਂ ਦੀ ਗੱਲ ਕਰਦੇ ਹਾਂ ਗੱਲ ਉੱਥੇ ਹੀ ਆ ਜਾਂਦੀ ਆ ਸਾਨੂੰ ਵਾਅਦੇ ਕਰ ਕਰ ਲੈ ਕੇ ਆਏ ਸੀ ਇਸ ਦੇਸ਼ 'ਚ ਵੀ ਤੁਸੀਂ ਤੁਹਾਡੀ ਜਮਹੂਰੀਅਤ ਤੁਹਾਡਾ ਤੁਹਾਡੀ ਕੌਮੀਅਤ ਤੁਹਾਡੀ ਵਿਲੱਖਣਤਾ ਤੁਹਾਡਾ ਸੱਭਿਆਚਾਰ ਇਹ ਸਭ ਕੁਛ ਨੂੰ ਮਾਨ ਸਨਮਾਨ ਦਿੱਤਾ ਜਾਊਗਾ ਇਹਨੂੰ ਪ੍ਰੋਟੈਕਟ ਕੀਤਾ ਜਾਊਗਾ ਆਜ਼ਾਦ ਹੁੰਦੇ ਹੀ ਸਾਨੂੰ ਜਰਾਇਮ ਪੇਸ਼ਾ ਡਿਕਲੇਅਰ ਕਰਤਾ ਸਰਬੱਤ ਦੇ ਭਲੇ ਵਾਲਾ ਔਰ ਉਹ ਸਿਧਾਂਤ ਕਿੱਥੋਂ ਆਇਆ ਮੀਰੀ ਪੀਰੀ ਦੇ ਸਿਧਾਂਤ ਨੂੰ ਦੇਖ ਲਓ ਅਕਾਲ ਤਖਤ ਸਾਹਿਬ ਇਹਦੀ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸ ਵੇਲੇ ਇਸ ਖਿੱਤੇ ਦਾ ਜਮਰੌਤ ਤੋਂ ਲੈ ਕੇ ਸਾਡੇ ਦਿੱਲੀ ਤਾਈਂ ਰਾਜ ਐਡਾ ਵੱਡਾ ਰਾਜ ਜਿਹਦੇ ਨਾਲ ਬ੍ਰਿਟਿਸ਼ ਗਵਰਨਮੈਂਟ ਜਾਂ ਬ੍ਰਿਟਿਸ਼ ਰਾਜ ਤੇ ਫ੍ਰੈਂਚ ਰਾਜ ਸੰਧੀਆਂ ਕਰਦੇ ਸੀ ਕਿੱਡਾ ਪਾਵਰਫੁਲ ਰਾਜ ਹੋਊਗਾ ਉਸ ਵੇਲੇ ਦਾ ਰਾਜ ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸੀ ਉਦੋਂ ਅਕਾਲੀ ਫੂਲਾ ਸਿੰਘ ਉਹਨਾਂ ਨੇ ਸਜ਼ਾ ਲਾਤੀ ਮਹਾਰਾਜੇ ਨੂੰ ਵੀ ਤੇਰੇ 100 ਕੋੜੇ ਪੈਣਗੇ ਤੂੰ ਤੌਹੀਨ ਕੀਤੀ ਆ ਸਿੱਖ ਰਵਾਇਤਾਂ ਦੀ ਤੇ ਮਹਾਰਾਜਾ ਆਪਦਾ ਕੁੜਤਾ ਲਾ ਕੇ ਸਾਹਮਣੇ ਖੜਾ ਹੋ ਗਿਆ ਵੀ ਮਾਰ ਲਓ ਕਿਉਂ ਕਿਉਂਕਿ ਉਸ ਵੇਲੇ ਜਿਹੜਾ ਸਾਡਾ ਪੰਥ ਸੀ ਸਾਡੀ ਕੌਮ ਸੀ ਉਹ ਮਹਾਰਾਜਾ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਨੂੰ ਮਾਰਦੀ ਸੀ ਪਰ ਪੰਥ ਦੀ ਅਧੀਨਗੀ ਕਿਹਦੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਰਾਜੇ ਨੂੰ ਪਤਾ ਸੀ ਇਹ ਗੱਲ ਵੀ ਕੌਮ ਅਧੀਨ ਸ੍ਰੀ ਅਕਾਲ ਤਖਤ ਸਾਹਿਬ ਦੇ ਆ ਤੇ ਮਹਾਰਾਜਾ ਚਾਹੇ ਬੇਸ਼ੱਕ ਮੈਨੂੰ ਮਾਰਦੀ ਆ ਜੇ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੋ ਗਿਆ ਵੀ ਮਹਾਰਾਜੇ ਨੂੰ ਅਸੀਂ ਬੇਦਖਲ ਕਰਦੇ ਹਾਂ ਅੱਜ ਤੋਂ ਸਾਡੀ ਕੌਮ ਦਾ ਸਾਡੇ ਪੰਥ ਦਾ ਮਹਾਰਾਜਾ ਨਹੀਂ ਹੈ ਮਹਾਰਾਜੇ ਦੀ ਹਿੰਮਤ ਨਹੀਂ ਸੀ ਵੀ ਉਸ ਤਖਤ ਤੇ ਬਹਿ ਸਕੇ ਸੋ ਸਿਧਾਂਤ ਕਿੱਥੋਂ ਨਿਕਲਿਆ ਹੈ ਮੀਰੀ ਤੇ ਪੀਰੀ ਦਾ ਉਹ ਅਕਾਲ ਤਖਤ ਸਾਹਿਬ ਦਾ ਮੀਰੀ ਤੇ ਪੀਰੀ ਦਾ ਸਿਧਾਂਤ ਕੀ ਆ ਅਕਾਲ ਦਾ ਤਖਤ ਆ ਉਹ ਅਕਾਲ ਦਾ ਅਕਾਲ ਪੁਰਖ ਦਾ ਤਖਤ ਆ ਜਿੱਥੋਂ ਮੀਰੀ ਕਿਰਦਾਰ ਤੇ ਸਿਆਸਤ ਨਾਲ ਸੰਬੰਧਿਤ ਆ ਪੀਰੀ ਧਰਮ ਨਾਲ ਸੰਬੰਧਿਤ ਆ ਇਹਦਾ ਮਤਲਬ ਸਿਆਸਤ ਕਿਹੜੀ ਹੋਵੇ ਉਹ ਵੀ ਅਕਾਲ ਪੁਰਖ ਦੀ ਸਿਆਸਤ ਹੋਵੇ ਧਰਮ ਕਿਹੜਾ ਹੋਵੇ ਅਕਾਲ ਪੁਰਖ ਦਾ ਧਰਮ ਹੋਵੇ ਸੋ ਅਸੀਂ ਇਹਦੇ ਚ ਹੁਣ ਇਹੀ ਗੱਲ ਵਾਪਸ ਸਰਬੱਤ ਦੇ ਭਲੇ ਤੇ ਆਉਣੇ ਆ ਜਦੋਂ ਅਕਾਲ ਪੁਰਖ ਦੀ ਸਿਆਸਤ ਕਰਨੀ ਆ ਅਕਾਲ ਦੇ ਧਰਮ ਦੇ ਰਾਹੀਂ ਕਰਨੀ ਆ ਉਦੋਂ ਇਕੱਲੇ ਸਿੱਖਾਂ ਲਈ ਹੋਊਗੀ ਉਹ ਨਹੀਂ ਉਹ ਫਿਰ ਹਿੰਦੂਆਂ ਲਈ ਵੀ ਹੋਊਗੀ ਉਹ ਮੁਸਲਮਾਨਾਂ ਲਈ ਵੀ ਹੋਊਗੀ ਉਹ ਦਲਿਤ ਭਰਾਵਾਂ ਲਈ ਵੀ ਹੋਊਗੀ ਅਸੀਂ ਹਿੰਦੂ ਨੂੰ ਕਹਾਂਗੇ ਬਾਈ ਪੱਕੇ ਹਿੰਦੂ ਬਣੋ ਤੁਹਾਡੇ ਨਾਲ ਖੜੇ ਹਾਂ ਤੁਹਾਡੇ ਤੇ ਕਿਸੇ ਨੇ ਧੱਕਾ ਕੀਤਾ ਤੁਹਾਡੇ ਨਾਲ ਜਬਰ ਜ਼ੁਲਮ ਕੀਤਾ ਤੁਹਾਡੇ ਨਾਲ ਖੜੇ ਹਾਂ